ਕਿ ਬਾਲ ਗੰਗਾ ਧਾਰੀ ਸ਼ਕਤੀਮਾਨ ਪੁਆਇੰਟ ਰਿੱਧ। ਅਗਲੀਆਂ ਟੀਮਾਂ ਪੂਨੀਆਂ ਰੇੜਵਾ ਤੇ ਗੁਰੂ ਅੰਗਦ ਦੇਵ ਕਲੱਬ ਫਗਵਾੜਾ, ਦੋਨੇ ਟੀਮਾਂ ਮੈਦਾਨ ਦੇ ਵਿੱਚ ਆ ਜਾਣ। ਸਤਨਾਮ ਸਿੰਘ ਸੱਤੂ, ਉੱਠੋ ਨੌਜਵਾਨਾਂ, ਕੋਈ ਗੱਲ ਨਹੀਂ, ਕਰ ਹੌਸਲਾ ਮਨਾ ਤੂੰ ਖੇਡ ਤਾਂ ਸਹੀ, ਖਿਡਾਰੀ ਜਿੱਤ ਵੀ ਜਾਂਦੇ ਨੇ, ਖਿਡਾਰੀ ਹਰ ਵੀ ਜਾਂਦੇ ਨੇ। ਤਲਵੰਡੀ ਮਾਧੂ ਵਾਲੇ ਨੰਬਰ ਦੀਆਂ ਰੇਡਾਂ ਮੈਂ ਪੁਆਈਆਂ ਆਪਣੇ ਮਾਈਕ ਤੋਂ, ਪ੍ਰਸਿੱਧ ਖਿਡਾਰੀ ਹੈ ਉਹ ਵੀ ਉੱਥੇ ਪਹੁੰਚਿਆ। ਸਾਹਮਣੇ ਸਤਿੰਦਰਪਾਲ ਮੈਰੀਪੁਰੀਆ ਲਗਾਤਾਰ ਕਬੱਡੀਆਂ ਪਾ ਰਿਹਾ, ਉੱਧਰ ਨੌਜਵਾਨ ਤੀਰਸ ਕਹਿੰਦਾ ਨੰਗ ਨੌਜਵਾਨਾਂ ਨੰਗ, ਲੱਗ ਗਈ ਆ ਕੈਂਚੀ, ਲੱਗ ਗਈ ਆ ਕੈਂਚੀ, ਉਹਨਾਂ ਜ਼ੋਰ ਤੀਰਸ ਦਾ ਨਹੀਂ ਲੱਗਦਾ ਜਿੰਨਾ ਜ਼ੋਰ ਕਰਾਲੀ ਵਾਲੇ ਸੁਦਾਗਰ ਦਾ ਲੱਗਦਾ ਹੈ, ਜਿੰਨਾ ਜ਼ੋਰ ਜੰਡ ਦਾ ਲੱਗਦਾ ਹੈ, ਕਿਉਂਕਿ ਮਾਣ ਹੈ, ਸਤਿਕਾਰ ਹੈ ਕਬੱਡੀ ਪ੍ਰਤੀ ਮਨ ਦੇ ਵਿੱਚ। ਗੁਰੂ ਅੰਗਦ ਦੇਵ ਸਪੋਰਟਸ ਕਲੱਬ ਫਗਵਾੜਾ ਤੇ ਦੂਏ ਪਾਸੇ ਪੂਨੀਆਂ ਰੇੜਵਾ, ਸਾਡੇ ਗੁਰਦੇਵ ਮਿੱਠਾ ਜੀ ਮਾਈਕ ਤੇ ਹੋਣਗੇ ਤੇ ਦੋਨੇ ਟੀਮਾਂ ਜਿਹੜੀਆਂ ਜਲਦੀ ਤੋਂ ਜਲਦੀ ਮੈਦਾਨ ਦੇ ਵਿੱਚ ਆ ਜਾਣ। ਗੁਰੂ ਅੰਗਦ ਦੇਵ ਸਪੋਰਟਸ ਕਲੱਬ ਫਗਵਾੜਾ ਤੇ ਪੂਨੀਆਂ ਰੇੜਵਾ ਦੀਆਂ ਟੀਮਾਂ ਜਲਦੀ ਤੋਂ ਜਲਦੀ ਮੈਦਾਨ ਦੇ ਵਿੱਚ ਆ ਜਾਣ। ਰਾਣਾ ਮੈਂ ਮਟਵਾਲੀਆ ਅਗਲੀ ਰੇਡ ਪਾਉਂਦਾ ਅੱਜ ਦਿਲਬਾਗ ਬਾਗੇ ਨੂੰ, ਅਥਲੈਟਿਕ ਅਥਲੀਟ ਨੂੰ, ਮਹਾਨ ਅਥਲੀਟ ਨੂੰ ਯਾਦ ਕੀਤਾ ਜਾ ਰਿਹਾ ਹੈ। ਇੱਕ ਨੌਜਵਾਨ ਨੇ ਲਿਖਿਆ ਹੈ ਕਿ ਅੱਜ ਯਾਦਾਂ ਤਾਜ਼ੀਆਂ ਹੋ ਗਈਆਂ, ਦਿਲਬਾਗ ਜਹਾਨ ਦੀਆਂ ਵਰਲਡ ਵਿੱਚ ਬਾਗਾ ਬਾਗਾ ਹੋਈ ਸੀ, ਬਸ ਅਥਲੈਟਿਕ ਵਾਲੀ ਸ਼ੀਲਡ ਘਰੇ ਲਿਆਉਣੀ ਸੀ, ਜੇ ਹੁੰਦਾ ਸਾਡੇ ਵਿੱਚ ਤਾਂ ਗੱਲਾਂ ਓਲੰਪਿਕ ਤੱਕ ਹੋਈਆਂ ਸੀ ਜਵਾਨ ਦੀਆਂ, ਅੱਜ ਯਾਦਾਂ ਤਾਜ਼ੀਆਂ ਹੋ ਗਈਆਂ ਨੇ ਦਿਲਬਾਗ ਜਹਾਨ ਦੀਆਂ। ਸਨੀ ਨੇ ਲਿਖਿਆ ਪੂਨੀਆਂ ਵਾਲੇ ਨੇ, ਨੌਜਵਾਨ ਰਾਜੂ ਕੋਟਲਾ ਭਰੀ ਅਗਲੀ ਰੇਡ ਪਾਉਂਦਾ ਹੈ, ਸਾਹਮਣੇ ਨੌਜਵਾਨ ਜੱਫਾ ਲਾਉਣ ਦਾ ਯਤਨ, ਸ਼ਿੰਦਰ ਘੜਾ ਨਹੀਂ ਜੱਫਾ ਲਾ ਸਕਿਆ, ਅਜੇ ਘੜਾ ਅਕਲ ਦਾ ਨਹੀਂ ਭਰਿਆ, ਜਦ ਭਰ ਕੇ ਡੁੱਲੂ ਦੇਖਾਂਗੇ, ਅਜੇ ਦੇਖਿਆ ਨਹੀਂ ਕਪੂਰਥਲਾ, ਖੌਰੇ ਕਦ ਗੁੱਲੂ ਦੇਖਾਂਗੇ। ਅਗਲੀ ਕਬੱਡੀ ਸਾਡੇ ਜਿਵੇਂ ਮਾਂਗਰ ਸਿੰਘ ਜੀ ਐਮ ਏ ਸਾਹਿਬ ਪੰਥ ਦੇ ਪ੍ਰਸਿੱਧ ਢਾਡੀ ਨੇ, ਜਿਨ੍ਹਾਂ ਨੇ ਦਿਲਬਾਗ ਬਾਗੇ ਦੀ ਸੰਗਤ ਕੀਤੀ ਹੈ, ਅੱਜ ਆਪਣੇ ਸੱਜਣ ਨੂੰ ਯਾਦ ਕਰ ਰਹੇ ਹੈ। ਬੰਟੀ ਟਿੱਬਾ ਅਗਲੀ ਰੇਡ ਪਾਉਂਦਾ ਪੂਨੀਆਂ ਰੇੜਵਾ ਤੇ ਦੂਏ ਪਾਸੇ ਗੁਰੂ ਅੰਗਦ ਦੇਵ ਕਲੱਬ ਫਗਵਾੜਾ, ਦੋਨੇ ਟੀਮਾਂ ਮੈਦਾਨ ਦੇ ਵਿੱਚ ਆ ਜਾਣ। ਗੁਰਦੇਵ ਤੇ ਕ੍ਰਿਸ਼ਨਗੜੀਆ ਕਹਿੰਦਾ ਕਿ ਜੱਫੇ ਗਿਣ ਲਓ, ਜੱਫੇ ਗਿਣ ਲਓ ਨੌਜਵਾਨੋ। ਬੰਟੀ ਕਹਿੰਦਾ ਕੋਸ਼ਿਸ਼ ਮੈਂ ਵੀ ਕਰਨੀ ਹੈ, ਕੋਸ਼ਿਸ਼ ਮੈਂ ਵੀ ਕਰਨੀ ਹੈ, ਪਰ ਪੁਆਇੰਟ ਰੇਡਰ ਦੇ ਖਾਤੇ ਵਿੱਚ ਘੱਟ ਜਾਫੀ ਨੇ ਵੀ ਨਹੀਂ ਕੀਤੀ ਤੇ, ਪਰ ਰੇਡਰ ਵੀ ਆਪਣਾ ਕਮਾਲ ਕਰ ਗਿਆ, ਆਪਣਾ ਕੰਮ ਰੇਡਰ ਵੀ ਕਰ ਗਿਆ ਪੁਆਇੰਟ ਰੇਡਰ ਦੇ ਖਾਤੇ ਵਿੱਚ। ਪੂਨੀਆਂ ਰੇੜਵਾ ਤੇ ਦੂਏ ਪਾਸੇ ਗੁਰੂ ਅੰਗਦ ਦੇਵ ਕਲੱਬ ਫਗਵਾੜਾ, ਹਾਂਜੀ ਬੂਟਾ ਤਲਵਣ ਖੇਡ ਕਬੱਡੀ ਦੇ ਪ੍ਰਸਿੱਧ ਖਿਡਾਰੀ, ਜੋ ਪੱਕੇ ਤੌਰ ਤੇ ਆਸਟ੍ਰੇਲੀਆ ਜਾ ਵਸੇ ਨੇ, ਅੱਜ ਇੱਥੇ ਪਹੁੰਚੇ ਨੇ, ਖੇਡ ਕਬੱਡੀ ਦਾ ਮਹਾਨ ਖਿਡਾਰੀ ਤਲਵਣ ਵਾਲਾ ਬੂਟਾ ਅੱਜ ਇੱਥੇ ਪਹੁੰਚਿਆ। ਤਲਵਣ ਵਾਲੇ ਬੂਟੇ ਨੂੰ ਜੀ ਆਇਆ ਜਦੋਂ ਪਰਸਰਾਮਪੁਰ ਦੀ ਧਰਤੀ ਤੇ ਸਭ ਤੋਂ ਵੱਡੇ ਕੱਪ ਦੇ ਵਿੱਚ ਉਸ ਸਮੇਂ ਬੈਟ ਜਾਫੀ ਬਣਿਆ ਸੀ ਤੇ ਦੁਨੀਆ ਦੇ ਬੱਲੇ ਬੱਲੇ ਹੋਈ ਸੀ, ਬੂਟਾ ਤਲਵਣ ਅੱਜ ਇੱਥੇ ਪਹੁੰਚਿਆ ਜੀ ਆਇਆ ਆਖਾਂਗੇ। ਰਾਣਾ ਮਹਿਮਲ ਵਾਲੀਆ ਸਾਹਮਣੇ ਸੱਦੂ ਖਡੂਰ ਸਾਹਿਬ ਨਹੀਂ ਜੱਫਾ ਲਾ ਸਕਿਆ, ਅਗਲੀਆਂ ਟੀਮਾਂ ਮੈਦਾਨ ਦੇ ਵਿੱਚ ਆਉਣ। ਪੂਨੀਆਂ ਰੇੜਵਾ ਤੇ ਦੂਏ ਪਾਸੇ ਗੁਰੂ ਅੰਗਦ ਦੇਵ ਕਲੱਬ ਫਗਵਾੜਾ, ਟੀਮਾਂ ਜਲਦੀ ਤੋਂ ਜਲਦੀ ਮੈਦਾਨ ਦੇ ਵਿੱਚ ਆ ਜਾਣ।
ਰਾਜੂ ਜੀ ਕਬੱਡੀ ਹੈ, ਇਹ ਆ ਰਾਜੂ ਕੋਟਲਾ ਭਰੀ ਵਾਲਾ ਲਗਾਤਾਰ ਏਡਾ ਪਾ ਰਿਹਾ। ਉਧਰ ਪੰਮਾ ਫਤਿਹਪੁਰੀਆ ਜੱਫਾ ਲਾਉਣ ਦੀ ਗੱਲ ਕਰਦਾ, ਕਹਿੰਦਾ ਨੰਗੋ ਨੌਜਵਾਨਾਂ, ਪਰ ਰਾਜੂ ਨੇ ਰਸਤਾ ਬਣਾ ਲਿਆ। ਜਿਵੇਂ ਸਰਜੀਤ ਪਾਤਰ ਕਹਿੰਦਾ, ਮੈਂ ਰਸਤਿਆਂ ਤੇ ਨਹੀਂ ਤੁਰਦਾ, ਲੰਬਰਦਾਰ ਜੀ ਜਿੱਥੇ ਮੈਂ ਤੁਰਦਾ ਹਾਂ ਉੱਥੇ ਰਾਹ ਬਣਦੇ ਨੇ, ਮੈਂ ਰਸਤਿਆਂ ਤੇ ਨਹੀਂ ਤੁਰਦਾ ਜਿੱਥੇ ਮੈਂ ਤੁਰਦਾ ਹਾਂ। ਇਹ ਪੁਨੀਆ ਪਿੰਡ ਕਬੱਡੀ ਦੇ ਖਿਡਾਰੀਆਂ ਦਾ, ਜਿੱਥੇ ਅੱਜ ਬਾਬਾ ਫਕਰ ਜੀ ਦੀਆਂ ਯਾਦਾਂ, ਬਾਬਾ ਸ਼ਾਦੀ ਲਾਲ ਜੀ ਦੀਆਂ ਯਾਦਾਂ, ਕਿ ਦਿਲ ਲਾ ਕੇ ਭਗਤੀ ਕਰਨ ਜਿਹੜੇ ਬਣ ਜਾਂਦਾ ਉਹਨਾਂ ਦਾ ਮਨ ਮੰਦਿਰ, ਸੱਚਾਈ ਉਹਨਾਂ ਦੇ ਕਦਮਾਂ ਵਿੱਚ ਝੁਕਦੀ ਹੈ, ਜਾਂਦਾ ਉਹਨਾਂ ਤੋਂ ਝੂਠ ਠੰਬਰ। ਇਸ ਜਨਮ ਵਿੱਚ ਜਿਹੜੇ ਆਪੇ ਨੂੰ ਸਵਾਰ ਲੈਂਦੇ, ਦਰਗਾਹੇ ਬਣਦੇ ਫੁੱਲ ਨੰਬਰ, ਜਹਾਨ ਯਾਰਾ ਜਿਹੜੀ ਕੀਤੀ ਕਮਾਈ ਹੋਵੇ, ਮੇਲੇ ਲੱਗਦੇ ਉਹਨਾਂ ਦੀ ਯਾਦ ਅੰਦਰ। ਪੁਆਇੰਟ ਰੇਟਰ ਦੇ ਖਾਤੇ ਦੇ ਵਿੱਚ ਜੁੜ ਗਿਆ, ਪੁਆਇੰਟ ਜੁੜ ਗਿਆ ਬਾਬਾ ਤਾਂ ਦਸ ਕਲੱਬ ਕਾਲੇ ਸਿੰਘ ਦੇ ਖਾਤੇ ਵਿੱਚ। ਸਤਿੰਦਰ ਪਾਲ ਮੈਰੀਪੁਰੀਆ ਅਗਲੀ ਕਬੱਡੀ ਪਾਉਣ ਹੈ, ਸਾਹਮਣੇ ਨੌਜਵਾਨ ਨੇ ਚੱਕਿਆ ਗੇਟਾ, ਪੁਆਇੰਟ ਰੇਟਰ ਦੇ ਖਾਤੇ ਦੇ ਵਿੱਚ, ਪੁਆਇੰਟ ਮੂਲੇਵਾਲ ਖਹਿਰਾ ਦੇ ਖਾਤੇ ਦੇ ਵਿੱਚ ਜੁੜਦਾ ਹੋਇਆ। ਅਗਲੀ ਕਬੱਡੀ ਪਾਉਣ ਦੇ ਲਈ ਰਾਣਾ ਮਹਿਮਨ ਵਾਲੀਆ, ਬਾਬਾ ਕਾਂ ਦਸ ਕਲੱਬ ਕਾਲੇ ਸਿੰਘ ਦਾ ਰੇਡਰ ਅਗਲੀ ਰੇਡ ਪਾਉਂਦਾ। ਰੇਡ ਖਰੀ ਕਬੱਡੀ ਵਿੱਚ ਤਾਂ ਪੈਂਦੀ, ਹੋਵੇ ਪਿੰਡ ਚ ਫੁਰਤੀ ਜੇ ਬਾਜ ਵਰਗੀ, ਹੋਵੇ ਹੱਥਾਂ ਦੀ ਪਕੜ ਜੇ ਮਜ਼ਬੂਤ ਲੋਕੋ, ਜਵਾਨੀ ਉੱਡਣੇ ਪਰਿੰਦੇ ਘੇਰ ਫੜਦੀ। ਨੌਜਵਾਨ ਅੱਗੇ ਨੂੰ ਵੱਧ ਕੇ ਕਬੱਡੀ ਪਾਉਂਦਾ, ਸਾਹਮਣੇ ਪਿੰਡੇ ਦੇ ਨਾਲ ਮੁਕਾਬਲਾ ਹੋ ਗਿਆ, ਮੂਲੇਵਾਲ ਖੈਰੇ ਦਾ ਪਿੰਦਾ ਜੱਗਾ ਤੇ ਪਿੰਦਾ, ਦੋ ਭਰਾ ਕਬੱਡੀ ਖੇਡਦੇ ਆ, ਨਾਮ ਹੈ ਦੋਹਾਂ ਦਾ। ਇਹ ਪਿੰਦਾ ਮੂਲੇਵਾਲ ਖੈਰੇ ਦਾ ਜਿਹਨੇ ਜੱਫਾ ਲਾਇਆ, ਰਾਜੂ ਕੋਟਲਾ ਭਰੀ ਲਗਾਤਾਰ ਰੇਡਾਂ ਪਾ ਰਿਹਾ। ਕਈ ਰੇਡਾਂ ਪਾਉਂਦੇ ਉੱਕ ਜਾਂਦੇ, ਕਈਆਂ ਦੀਆਂ ਸਦਾ ਬਹਾ ਰੇਡਾਂ। ਸਾਹਮਣੇ ਨੌਜਵਾਨ ਪੰਮਾ ਫਤਿਹਪੁਰੀਆ, ਪੰਮਾ ਫਤਿਹਪੁਰੀਆ, ਨੌਜਵਾਨ ਨੇ ਕੈਂਚੀ ਪਾਈ ਹੈ, ਨੌਜਵਾਨ ਨੇ ਲਾ ਤਾ ਜੱਫਾ, ਕਹਿੰਦਾ ਨਹੀਂ ਛੱਡਣਾ। ਜਿਵੇਂ ਸਤਨਾਮ ਸਿੱਧਵਾਂ ਨੇ ਲਿਖਿਆ ਕਿ ਰੇਡਾਂ ਭਾਵੇਂ ਲੱਖ ਪਾ ਲਵੋ, ਗੱਲ ਜੱਫਿਆਂ ਤੇ ਮੁੱਕਣੀ ਏ, ਰੇਡਾਂ ਭਾਵੇਂ ਲੱਖ ਪਾ ਲਵੋ। ਸਾਡਾ ਸਾਉਣ ਵਾਲਾ ਕਹਿੰਦਾ ਕਿ ਮੇਰਾ ਵੀ ਨਾਂ ਲੈ ਦਿਓ, ਭਾਵਨਾ ਲਾਈਟ ਐਂਡ ਸਾਊਂਡ ਸਰਵਿਸ, ਜਿਹਨਾਂ ਦਾ ਬਹੁਤ ਵੱਡਾ ਸਾਊਂਡ ਹੈ ਅੱਜ, ਜਿਹੜੇ ਬੁਲਾਰਿਆਂ ਨੂੰ ਵੱਡੇ ਬਣਾ ਰਹੇ ਨੇ। ਸਾਹਮਣੇ ਦੁਨੀਆਂ ਦਾ ਮਹਾਨ ਜਾਫੀ ਮੰਗੀ ਬੱਗਾ ਪਿੰਡ ਖੇਡ ਮੈਦਾਨ ਦੇ ਵਿੱਚ ਆਇਆ। ਜੇ ਖੇਡ ਕਬੱਡੀ ਨੂੰ ਪਿਆਰ ਕਰਦੇ ਹੋ ਤੇ ਮੰਗਤ ਸਿੰਘ ਬੱਗਾ ਪਿੰਡ ਦੇ ਨਾਂ ਦੇ ਜ਼ੋਰਦਾਰ ਤਾੜੀਆਂ ਮਾਰ ਦਿਓ, ਦਰਸ਼ਕੀ ਦਿਓ। ਮੰਗਤ ਮੰਗੀ ਬੱਗੇ ਪਿੰਡ ਵਾਲਾ ਉਹ ਖੇਡ ਮੈਦਾਨ ਦੇ ਵਿੱਚ ਆਇਆ। ਕੰਟਰੇਟਰ ਦੇ ਖਾਤੇ ਵਿੱਚ ਜੁੜ ਗਿਆ, ਪੁਆਇੰਟ ਬਾਬਾ ਕਾਂ ਦਸ ਕਲੱਬ ਕਾਲੇ ਸੰਘੇ ਦੇ ਖਾਤੇ ਵਿੱਚ ਜੁੜ ਗਿਆ। ਸਤਿੰਦਰ ਪਾਲ ਮੈਰੀਪੁਰੀਆ ਅਗਲੀ ਰੇਡ ਪਾਉਂਦਾ, ਸਾਹਮਣੇ ਨੌਜਵਾਨ ਨੇ ਲਾ ਤਾ ਜੱਫਾ, ਸਿੰਦਰ ਘੜਾ ਫਿਰ ਜੱਫੇ ਦੀ ਗੱਲ ਕਰਦਾ। ਔਰ ਨੌਜਵਾਨ ਪੁਆਇੰਟ ਲੈਣ ਦੇ ਵਿੱਚ ਵੀ ਕਾਮਯਾਬ ਹੋ ਗਿਆ, ਉੱਠ ਜਾ ਨੌਜਵਾਨਾਂ, ਕੋਈ ਗੱਲ ਨਹੀਂ, ਕਰਾ ਦਿੰਦਾ, ਸਾਰਾ ਕੁਛ ਹੀ ਕਰਾਉਂਦਾ, ਪਰ ਕਾਲਾ ਨਾ ਪੈ, ਕਾਲੀ ਮਾੜੀ ਹੈ। ਪੁਆਇੰਟ ਜਾਫੀ ਦੇ ਖਾਤੇ ਵਿੱਚ ਜੁੜਦਾ ਹੋਇਆ, ਹਾਂਜੀ ਇੱਧਰ ਰਾਣਾ ਮਹਿਮਨ ਵਾਲੀਆ ਅਗਲੀ ਰੇਡ ਪਾਉਂਦਾ। ਸਾਹਮਣੇ ਸੱਤੂ ਖਡੂਰ ਸਾਹਿਬ, ਨੌਜਵਾਨ ਨੇ ਗੁੱਟ ਫੜਿਆ ਤੇ ਨਾਲ ਹੀ ਹਲਕੀ ਜਿਹੀ ਸੱਟ ਲੱਗੀ ਹੈ।
ਗੁਰੂ ਮਹਾਰਾਜ ਤੰਦਰੁਸਤੀ ਬਖਸ਼ਣ। ਇੱਕ ਵਾਰੀ ਬੇਨਤੀ ਹੈ ਸੰਗਤਾਂ ਦਰਸ਼ਨ ਕਰਨੇ ਚਾਹੁੰਦੀਆਂ, ਭਾਵੇਂ ਇਸ ਇਲਾਕੇ ਦਾ ਖਿਡਾਰੀ ਹੈ, ਬੱਚਾ ਬੱਚਾ ਜਾਣਦਾ ਹੈ। ਮੰਗੀ ਮੈਨੂੰ ਕਹਿੰਦਾ ਸੀ ਕਿ ਚੌਹਾਨ ਸਾਹਿਬ ਬਾਂਹ ਨਾ ਖੜੀ ਕਰਾਇਆ ਕਰੋ, ਪਰ ਲੋਕ ਨਹੀਂ ਹਟਦੇ, ਜਿਹਨਾਂ ਨੂੰ ਲੋਕ ਪਿਆਰ ਕਰਦੇ ਆ ਬਾਂਹ ਖੜੀ ਕਰਾਉਣੀ ਪੈਂਦੀ ਹੈ। ਮੰਗੀ ਜੀ ਇੱਕ ਵਾਰੀ ਫਤਿਹ ਸਾਂਝੀ ਕਰੋ ਕਿ ਦੋ ਟਰੈਕਟਰ ਵਰਲਡ ਕੱਪਾਂ ਚੋਂ ਜਿੱਤੇ, ਬਾਕੀ ਪਿੰਡ ਪੇਂਡੂ ਮੇਲਿਆਂ ਚੋਂ ਜਿੱਤ ਚੁੱਕਾ ਪੁੱਤ ਗੁਰਮੇਲ ਸਿੰਘ ਬੱਗੇ ਪਿੰਡੀਏ ਦਾ, ਜਿਹਦਾ ਨਾਮ ਗਲੀ ਗਲੀ ਵਿੱਚ ਵਿਕ ਚੁੱਕਾ, ਪੂਰੀ ਲਾਉਂਦਾ ਬਰਸਾਤ ਹੈ ਜੱਥਿਆਂ ਦੀ, ਹਰ ਦਾ ਕਬੱਡੀ ਕਿੰਗ ਸਿੱਖ ਚੁੱਕਾ ਬੱਗੇ ਪਿੰਡੀਆ ਮੰਗੀ ਚੌਹਾਨ ਜਾਲਾ, ਇਤਿਹਾਸ ਕਬੱਡੀ ਵਿੱਚ ਵੱਡੇ ਲਿਖ ਚੁੱਕਾ। ਪੁਆਇੰਟ ਜਿਹੜੇ ਹੈ ਮੂਲੇਵਾਲ ਖਹਿਰਾ ਦੇ 30 ਤੇ 29 ਪੁਆਇੰਟ ਨੇ ਕਾਲੇ ਸੰਗਿਆਂ ਦੇ। ਇੱਕ ਨੰਬਰ ਤੇ ਮੂਲੇਵਾਲ ਖਹਿਰਾ ਦੀ ਟੀਮ ਜਿਹੜੀ ਹੈ ਉਹ ਜਿੱਤ ਗਈ। ਅਗਲੀ ਗੱਲ ਗੁਰਦੇਵ ਮਿੱਠਾ ਜੀ ਕਰਨਗੇ। ਹਾਂਜੀ ਆਪਣੇ ਗੁਰਦੇਵ ਮਿੱਠਾ ਜੀ, ਹਾਂਜੀ ਦੁੱਲਾ ਬੱਗੇ ਪਿੰਡੀਆ ਖੇਡ ਕਬੱਡੀ ਦਾ ਮਹਾਨ ਖਿਡਾਰੀ, ਸਾਡੇ ਪ੍ਰਿੰਸੀਪਲ ਗੁਰਦੀਪ ਸਿੰਘ ਜੀ ਮਾਣ ਕਰਦੇ ਆ ਕਿ ਦੁੱਲਾ ਬੱਗੇ ਪਿੰਡੀਆ ਵੀ ਮੈਦਾਨ ਦੇ ਵਿੱਚ ਪਹੁੰਚ ਚੁੱਕਾ ਹੈ। ਇਹ ਬੱਗੇ ਪਿੰਡ ਦਾ ਦੁੱਲਾ ਨਹੀਂ, ਹੀਰਾ ਕਬੱਡੀ ਦਾ ਬਹੁਮੁੱਲਾ ਨਹੀਂ, ਰਵੀ ਪੂਨੀਆ ਰੇੜਵਾ ਵਾਲਾ ਇਹ ਧਰਤੀ ਦਾ ਖਿਡਾਰੀ ਹੈ। ਉੱਥੇ ਅੰਗਰੇਜ਼ ਵੀ ਪਹੁੰਚ ਚੁੱਕਾ ਹੈ, ਇਸ ਨਗਰ ਦੇ ਮਾਣ ਨੇ ਅੰਗਰੇਜ਼ ਵਰਗੇ ਰਵੀ ਵਰਗੇ ਖੇਡ ਮੈਦਾਨ ਦੇ ਵਿੱਚ ਪਹੁੰਚੇ ਹੋਏ ਨੇ। ਅਗਲੀ ਗੱਲ ਗੁਰਦੇਵ ਸਿੰਘ ਜੀ ਮਿੱਠਾ ਸਾਹਿਬ ਦਰੀਏਵਾਲ ਵਾਲੇ ਉਹ ਅਗਲੀ ਗੱਲ ਕਰਨਗੇ।
ਹੋਇਆ ਕੀ ਨਾ ਭਜਨ ਸਿੰਘ ਭਿੰਡਰ ਕਲਾਂ ਤੁਹਾਡੇ ਸਾਹਮਣੇ ਇੱਕ ਲੱਤ ਦੇ ਭਾਰ ਤੇ ਦੌੜਨਗੇ ਇਹ ਅਪਾਹਜ ਵਿਅਕਤੀ ਆ ਇਹਦੀ ਮਦਦ ਕਰੋ ਮਿਹਰਬਾਨੀ ਇੱਕ ਛੋਟੀ ਜਿਹੀ ਬੱਚੀ ਵੀ ਦੌੜ ਲਾਉਣ ਲੱਗੀ ਹੈ ਚੱਲ ਰੇਸ ਲਾ ਦੇ ਸ਼ਾਬਾਸ਼ ਮੰਗੀ ਬੱਗੇ ਵਾਲਾ ਵਰਲਡ ਕੱਪ ਵਾਲਾ ਟਰੈਕਟਰ ਜਿੱਤਣ ਵਾਲਾ ਆਪਣੇ ਇਲਾਕੇ ਦਾ ਨਾਂ ਸੰਦੀਪ ਨੰਗਲੰਬੀਆ ਜਲਾਲਪੁਰੀਆ ਪਾਲਾ ਮੰਗੀ ਬੱਗੇ ਵਾਲਾ ਇਹਨਾਂ ਨੇ ਸਾਰੇ ਇੰਡੀਆ ਦੇ ਵਿੱਚੋਂ ਵਰਲਡ ਕੱਪ ਦੇ ਵਿੱਚ ਨਾਂ ਇਹਨਾਂ ਆਪਣੇ ਇਲਾਕੇ ਦੇ ਮੁੰਡਿਆਂ ਦਾ ਖਿਡਾਰੀਆਂ ਦਾ ਪਿੰਡਾ ਮੂਲੇਵਾਲ ਖੈਰੇ ਵਾਲਾ ਸ਼੍ਰੀ ਗਰਾਊਂਡ 'ਚ ਪਹੁੰਚੇ ਪਿੰਡਾ ਹੈਲੋ ਮੰਗੀ ਬੱਗੇ ਵਾਲਾ ਤੁਸੀਂ ਖੇਡਦਾ ਦੇਖੋਗੇ ਵਰਲਡ ਕੱਪ ਦੇ ਵਿੱਚ ਵੀ ਤੁਸੀਂ ਟੀਵੀਆਂ ਤੇ ਦੇਖਿਆ ਹੋਊਗਾ ਗਰਾਊਂਡਾਂ 'ਚ ਦੇਖਿਆ ਹੋਊਗਾ ਹੁਣ ਤੁਸੀਂ ਆਪਣੇ ਅੱਖੀ ਪ੍ਰਤੱਖ ਦੇਖਣ ਲੱਗੇ ਹੋ ਹੈਲੋ ਮੈਚ ਲੱਗਾ ਹੋਣ ਕਬੱਡੀ ਵਾਲਾ ਫਸਲ ਗੀਆਂ ਕੁੰਡੀਆਂ ਲੋਕੀ ਵਾਰ ਖੜੇ ਗੱਲਾਂ ਦੇ ਕਰਦੇ ਕਿ ਟੀਮਾਂ ਦੋਨੇ ਗੁੰਦੀਆਂ ਲੱਗਾ ਹੁਣ ਮੈਚ ਕਬੱਡੀ ਵਾਲਾ ਫਸਲ ਕੀ ਹੈ ਗੁੰਡੀ ਹੈ ਅੱਜ ਕਬੱਡੀ ਟੂਰਨਾਮੈਂਟ ਦਾ ਕਬੱਡੀ ਕੱਪ ਦਾ ਮੇਰੇ ਵੀਰੋ ਤੀਜਾ ਮੈਚ ਕਬੱਡੀ ਕਲੱਬਾਂ ਦਾ ਸਾਊਂਡ ਵਾਲੇ ਵੀਰ ਨੂੰ ਬੇਨਤੀ ਹੈ ਥੋੜੀ ਸਾਊਂਡ ਨੂੰ ਸੈੱਟ ਕਰ ਦੇਵੇ ਵਿਸਲ ਵੱਜਦੀ ਮਿਹਰਬਾਨੀ ਹੋਵੇਗੀ ਬੜੀ ਪਿਆਰੀ ਤੇ ਮਿੱਠੀ ਸਾਊਂਡ ਹੈ ਸਾਡੇ ਸਾਊਂਡ ਵਾਲੇ ਵੀਰ ਨੂੰ ਬੇਨਤੀ ਹੈ ਸਾਊਂਡ ਨੂੰ ਸੈੱਟ ਕਰ ਦੇਵੇ ਲੱਗਾ ਹੁਣ ਮੈਚ ਕਬੱਡੀ ਵਾਲਾ ਫਸਲ ਗਈ ਆ ਕੁੰਡੀਆਂ ਲੋਕੀ ਬਾਹਰ ਖੜੇ ਗੱਲਾਂ ਦੇ ਕਰਦੇ ਕਿ ਟੀਮਾਂ ਦੋਨੇ ਗੁੰਦੀਆਂ ਲੱਗਾ ਮੈਚ ਕਬੱਡੀ ਵਾਲਾ ਹੁਣ ਫਸਲ ਗਈ ਆ ਕੁੰਡੀਆਂ ਮੇਰੇ ਤੋਂ ਖੱਬੇ ਵਾਲੇ ਪਾਸੇ ਸੜਕ ਵਾਲੇ ਪਾਸੇ ਟੀਮ ਜਿਹੜੀ ਆ ਪਿੰਡ ਵਾਲੇ ਪਾਸੇ ਟੀਮ ਜਿਹੜੀ ਹੈ ਗੁਰੂ ਅੰਗਦ ਦੇ ਕਬੱਡੀ ਕਲੱਬ ਫਗਵਾੜਾ ਸਾਡੇ ਕਾਲੇ ਪੁਲਥਮ ਦੀ ਤਿਆਰ ਕੀਤੀ ਹੋਈ ਟੀਮ ਜੀ ਉਹ ਮੇਰੇ ਤੋਂ ਖੱਬੇ ਵਾਲੇ ਪਾਸੇ ਹੈ ਜਾਣੀ ਕਿ ਸੜਕ ਵਾਲੇ ਪਾਸੇ ਹੈ ਮੇਰੇ ਤੋਂ ਸੱਜੇ ਵਾਲੇ ਪਾਸੇ ਸਕੂਲ ਦੀ ਇਮਾਰਤ ਵਾਲੇ ਪਾਸੇ ਟੀਮ ਜਿਹੜੀ ਹੈ ਆਪਣੇ ਨਗਰ ਦੀ ਮੇਜ਼ਬਾਨ ਟੀਮ ਔਰ ਅੱਜ ਕਬੱਡੀ ਕੱਪ ਦਾ ਤੀਜਾ ਮੈਚ ਬਹੁਤ ਹੀ ਵਧੀਆ ਔਰ ਬਹੁਤ ਹੀ ਉਤਸ਼ਾਹ ਦੇ ਨਾਲ ਹੋਣ ਜਾ ਰਿਹਾ ਮੰਗਾ ਮੰਗੀ ਬੱਗੇ ਪਿੰਡ ਦੁੱਲੇ ਵਰਗੇ ਮਹਾਨ ਖਿਡਾਰੀ ਪਹੁੰਚੇ ਹੋਏ ਔਰ ਕੁਲਜੀਤਾ ਮੁਸੀਆ ਦਾ ਇਸ ਵੇਲੇ ਪਹਿਲੀ ਕਬੱਡੀ ਪਾਉਣ ਵਾਸਤੇ ਲਿਖਾ ਗਿਆ ਮੈਦਾਨ ਦੇ ਵਿਚਕਾਰ ਬੱਗੇ ਪਿੰਡ ਦਾ ਦੁੱਲਾ ਮਿਸਾਨ ਦੇ ਵਿਚਕਾਰ ਕਿ ਰਾਹਾਂ ਵਿੱਚ ਖੜੀਆਂ ਅੱਖੀਆਂ ਵਿਛਾ ਕੇ ਦੁੱਲਿਆਂ ਵਿੱਚ ਟੋਕਰਾ ਵਿੱਚ ਚਿਕਾਜੀ ਆਣ ਕੇ ਦੁੱਲਿਆਂ ਵਿੱਚ ਟੋਕਰਾ ਚਿਕਾਜੀ ਆਣ ਕੇ ਦੁੱਲਾ ਬੱਗਾ ਪਿੰਡ ਪਹਿਲੀ ਕਬੱਡੀ ਪਾ ਕੇ ਪਹਿਲਾ ਨੰਬਰ ਰੇਲਮਾ ਦੀ ਟੀਮ ਵਾਸਤੇ ਜੁੜਦਾ ਹੋਇਆ ਔਰ ਨੰਬਰ ਤਾਵੀ ਦਾ ਇਧਰਲੇ ਪਾਸੇ ਦੇਖਾਂਗੇ ਜੀ ਪਹਿਲੀ ਕਬੱਡੀ ਹੋ ਗਰਾਊਂਡ ਦੇ ਵਿਚਕਾਰ ਇਹ ਹੈ ਭੀਂਗ ਦੇ ਫੁੱਲਾਂ ਵਾਲਾ ਪਿੰਡ ਹੈ ਜੇ ਪਿੰਡ ਦੇ ਇੰਦਰਜੀਤ ਫੁੱਲਾਂ ਵਾਲੀ ਲੁਧਿਆਣੇ ਦੇ ਬਿਲਕੁਲ ਲਾਗੇ ਪੈਂਦਾ ਹੈ ਬੜੇ ਵੱਡੇ ਪ੍ਰਮੋਟਰ ਨੇ ਆਪਣੀ ਟੀਮ ਅਤੇ ਨੰਬਰ ਦਾ ਵਾਧਾ ਕਰਦਾ ਹੋਇਆ ਲਿੰਬਰ ਸਿੰਘ ਭਲਵਾਨ ਜੀ
ਨਵਾਂ ਪਿੰਡ ਅਕਾਲੀਆਂ ਲੇਂਬਰ ਸਿੰਘ ਭਲਵਾਨ ਪੰਜਾਬ ਪੁਲਿਸ ਪਹੁੰਚਿਆ, ਬਹੁਤ ਬਹੁਤ ਧੰਨਵਾਦ ਨਵੇਂ ਪਿੰਡੀਏ ਲੇਂਬਰ ਸਿੰਘ ਦਾ। ਲਓ ਸਾਹਮਣੇ ਵੇਖਿਆ ਗੁਰਦਾਸ ਸਿੰਘ ਤਾਜ਼ਾ ਕਬੱਡੀ ਪਾਉਂਦਾ ਹੋਇਆ, ਜਿਹਨੇ ਪਿਛਲੇ ਸਾਲ 2015 ਨੂੰ ਕਹਿੰਦੇ 17 ਮਾਰਚ ਨੂੰ ਭਾਗ ਲਵਾਂਗੇ ਜੀ ਸਾਡੇ ਮਿੰਟੋ 3.5 ਲੱਖ ਦਾ ਲੁਕਰਾ ਜਿੱਤਿਆ ਘੋੜਾ, ਤੇ ਥੋੜੇ ਦਿਨ ਪਹਿਲਾਂ ਨਾਟ ਗਿਰ ਜਿੱਤਿਆ ਕਿ ਮਸਾ ਕੰਮ ਬਣਾਇਆ ਸੀ ਪਰ ਕੁੰਡੀਆਂ ਤਾਰਾਂ ਤੇ ਰੱਬ ਜਾਣ ਲੈਂਦਾ ਬਹਿ ਕੇ ਨਾਟ ਗਿਆਰਾਂ ਤੇ। ਲਓ ਸਾਹਮਣੇ ਵੇਖਿਆ ਕਿ ਸੋਨੂੰ ਚੀਮਾ ਕਬੱਡੀ ਪਾਉਂਦਾ ਹੈ, ਅੱਪਰੇ ਦੇ ਲਾਗੇ ਗੁਰਾਇਆਂ ਦੇ ਲਾਗੇ ਜ਼ਿਲ੍ਹਾ ਜਲੰਧਰ ਵਿੱਚ ਪੈਂਦਾ, ਕਹਿੰਦੇ ਚੀਮਾ ਪਿੰਡ ਹੈ। ਲਓ ਸਾਹਮਣੇ ਸਰਦਾਰ ਸੋਨੂੰ ਚੀਮੇ ਦੀ ਪਈ ਹੋ ਕਬੱਡੀ। ਲਓ ਬੱਬੂ ਪੋਣੀਆਂ ਡਾਕਣ ਦੀ ਕੋਸ਼ਿਸ਼ ਕਰਦਾ ਹੋਇਆ, ਪਰ ਇਧਰਲੇ ਪਾਸੇ ਕੰਤਾ ਜੀ ਵੇਖਾਂਗੇ ਇਹ ਨੰਬਰ ਦਿੰਦੇ ਹੋਏ ਨਾਮ ਤੋਂ ਕੇ ਅੰਕਾ ਜੀ ਇਹ ਨੰਬਰ ਸੋਨੂੰ ਚੀਮੇ ਦਾ ਚੱਲ ਵੀ ਮਤਲਬ ਪਾ ਕਬੱਡੀ। ਲਓ ਅਗਲੇ ਪਾਸੇ ਇੱਕ ਪਾਸੇ ਕੀਪਰ ਡੰਡੇ ਵਾਲਾ ਨਾਲ ਕਹਿੰਦੇ ਜੀ ਮਨੀ ਨਾਲ ਤੋਂਦੂ ਜਗਤਪੁਰਾ ਤੇ ਡੀਸੀ ਚਾਰਜ ਆਫੀ ਨੇ। ਲਓ ਇਧਰਲੇ ਪਾਸੇ ਨੰਬਰ ਵੇਖਾਂਗੇ ਵੀ ਪੂਨੀਆਂ ਦੀ ਟੀਮ ਅਤੇ ਜੁੜਦਾ ਹੋਇਆ ਨੰਬਰ 22 ਦਾ ਆਹ ਕਹਿੰਦੇ ਮੇਘੋਵਾਲ ਦੀ ਧਰਤੀ ਜ਼ਿਲ੍ਹਾ ਹੁਸ਼ਿਆਰਪੁਰ। ਲਓ ਕਾਕਾ ਮੇਘੋਵਾਲ ਕਬੱਡੀ ਪਾਉਣ ਵਾਸਤੇ ਆਪਣੀ ਤਿਆਰੀ ਕਰਦਾ ਹੋਇਆ ਕਿ ਜ਼ਿੰਦਗੀ ਹਰ ਕਦਮ ਸਾਹਮਣੇ ਕਬੱਡੀ ਪਾ ਕਰਕੇ ਇੱਕ ਹੋਰ ਨੰਬਰ ਆਪਣੀ ਟੀਮ ਅੱਗੇ ਜੁੜਦਾ ਹੋਇਆ ਚੱਲ ਵੀ ਮਨਜਿੰਦਰ ਸਿੰਘ ਪਾ ਕਬੱਡੀ ਸੰਤ ਮਹਾਂਪੁਰਸ਼ ਬਾਬਾ ਬਲਵੀਰ ਸਿੰਘ ਸੀਚੇਵਾਲ ਦਾ ਪਿੰਡ ਕਹਿੰਦੇ ਮਨਜਿੰਦਰ ਸਿੰਘ ਲਓ ਸੀਚੇਵਾਲ ਕਬੱਡੀ ਪਾਉਂਦਾ ਹੋਇਆ ਮੈਦਾਨ ਦੇ ਵਿਚਕਾਰ ਕਿ ਮਾਂ ਲੱਗੀ ਸਮਝਾਉਣ ਪੁੱਤ ਨੂੰ ਕਿ ਪੁੱਤਰਾ ਦੁਨੀਆਂ ਵਿੱਚ ਮਹਾਨ ਬਣ ਜਾਈ ਜੇ ਬਣਿਆ ਸੰਤ ਸੀਚੇਵਾਲੀਏ ਵਾਂਗੂ ਬਣੀ ਐਵੇਂ ਨਾ ਕਾਰਾਂ ਦੀ ਦੁਕਾਨ ਬਣ ਜਾਈ। ਲਓ ਆਹ ਵੇਖਾਂਗੇ ਵੀ ਦੋ ਨੰਬਰ ਤੋਂ ਆਹ ਕਹਿੰਦੇ ਜੀ ਮਨੀ ਅਥਲੇ ਦੋਨੋਂ ਨੰਗਲ ਪਿੰਡ ਹੈ ਔਰ ਜ਼ਿਲ੍ਹਾ ਹੁਸ਼ਿਆਰਪੁਰ। ਲਓ ਜਾਫੀ ਦਾ ਕਹਿੰਦੇ ਦੋਨੋਂ ਨੰਗਲ ਪਿੰਡ ਹੈ ਜ਼ਿਲ੍ਹਾ ਅੰਮ੍ਰਿਤਸਰ ਔਰ ਨੰਬਰ ਇਹ ਮਨੀ ਆਪਣੀ ਟੀਮ ਵੱਲ ਜੁੜਦਾ ਹੋਇਆ ਇਹ ਹੈ ਮਨਿੰਦਰ ਸਰਾ ਜਿਹੜੇ ਤੀਜੇ ਵਰਲਡ ਕਬੱਡੀ ਕੈਪਲ ਕਬੱਡੀ ਖੇਲੇ ਇੰਡੀਆ ਦੀ ਟੀਮ ਵੱਲੋਂ ਕਹਿੰਦੇ ਨੂਰਪੁਰ ਬੇਦੀ ਦਾ ਇਲਾਕਾ ਔਰ ਕਹਿੰਦੇ ਜ਼ਿਲ੍ਹਾ ਰੋਪੜ ਆਨੰਦਪੁਰ ਦੇ ਲਾਗੇ ਪਿੰਡ ਹੈ ਔਰ ਮਨਿੰਦਰ ਸਿੰਘ ਸਰਾ ਆਪਣੀ ਟੀਮ ਅਤੇ ਨੰਬਰ ਜੋੜਦਾ ਹੋਇਆ ਚੱਲ ਵੀ ਬੋਲਿਆ ਪਾ ਕਬੱਡੀ ਧਰਤੀ ਭਾਗਾਂ ਵਾਲੀ ਹੋਈ ਜਦੋਂ ਪ੍ਰੀ ਟੈਕਟਰ ਕਹਿੰਦੇ ਵੀ ਮੱਗੇ ਪਿੰਡ ਦੀ ਸਰ ਦੀ ਜ਼ਮੀਨ ਦੇ ਉੱਪਰ ਲੈ ਕੇ ਪਹਿਲਾਂ ਮੰਗੀ ਨਹੀਂ ਆਉਂਦਾ ਫਿਰ ਦੁਨੀਆਂ ਨਹੀਂ ਆਉਂਦਾ। ਲਓ ਸਾਹਮਣੇ ਧੂੜਾ ਪੱਟੀ ਜਾਂਦੇ ਆ ਜਿੰਨਾ ਦੁੱਧ ਮਾਵਾਂ ਦਾ ਪੀਤਾ ਯਾਰੋ ਫੜਨੇ ਸੌਖੇ ਨੇ ਦੁੱਲਾ ਲੱਖਾਂ ਦੇ ਕੁੱਲ ਦਿੱਤਾ ਯਾਰੋ ਫੜਨੇ ਸੌਖੇ ਨੇ ਚੱਲ ਵੀ ਸ਼ੇਰਾ ਪਾ ਕਬੱਡੀ। ਲਓ ਮੈਦਾਨ ਦੇ ਵਿਚਕਾਰ ਅੱਜ ਕਬੱਡੀ ਫਿਰ ਵੇਖਾਂਗੇ ਵੀ ਕਈ ਫੂਲਾਂ ਵਾਲੀ ਪਾਉਂਦਾ ਹੋਇਆ ਜਿਹਨਾਂ ਨੂੰ ਧਿਆਨ ਰੱਖਦੇ ਲਓ ਪੜ੍ਹ ਲਿਖ ਕੇ ਅੰਗਰੇਜ਼ ਪੂਨੀਆਂ ਦਾ ਮੇਰੇ ਫਿਰਦਾ। ਲਓ ਮੈਦਾਨ ਦੇ ਵਿਚਕਾਰ ਵੇਖਾਂਗੇ ਵੀ ਆ ਵੇਖਾਂਗੇ ਅੰਗਰੇਜ਼ ਪੂਨੀਆਂ ਦਾ ਕਮਾਲ ਕਰਦਾ ਹੋਇਆ ਤੇ ਨੰਬਰ ਅੰਕਾ ਜੀ ਨਾਪ ਤੋਲ ਕੇ ਇਸ਼ਾਰਾ ਕਰਦੇ ਹੋਏ ਤੇ ਨੰਬਰ ਪੂਨੀਆਂ ਦੀ ਟੀਮ ਅਤੇ ਜੁੜਦਾ ਹੋਇਆ ਚੱਲ ਜੀ ਗੁਰਦਾਸ ਸਿੰਘ ਤਾਜਾ ਕਾਲਾ ਸਿੰਘ ਧਰਤੀ ਜਿਹੜਾ ਕਪੂਰਥਲਾ ਦਰਸ਼ਕਾਂ ਦੇ ਚਰਨਾਂ ਵਿੱਚ ਮੇਰੇ ਵੱਲ ਬੇਨਤੀ ਹੈ ਜੇ ਤੁਹਾਨੂੰ ਮੈਚ ਵੇਖਣ ਦਾ ਆਨੰਦ ਆ ਰਿਹਾ ਤੇ ਜ਼ੋਰਦਾਰ ਸਾਰੇ ਵੀ ਤਾੜੀ ਮਾਰ ਦਿਓ ਮਿਹਰਬਾਨੀ ਹੋਵੇਗੀ। ਲਓ ਗੁਰਦਾਸ ਸਿੰਘ ਤਾਜਾ ਕਬੱਡੀ ਪਾਉਂਦਾ ਹੋਇਆ ਇਧਰਲੇ ਪਾਸੇ ਤੇ ਉਧਰਲੇ ਪਾਸੇ ਕਹਿੰਦੇ ਵੀ ਪਾਉਂਦੇ ਜਗਤਪੁਰਾ ਡਾਕਾਂ ਦੀ ਕੋਸ਼ਿਸ਼ ਕਰਦਾ ਹੋਇਆ ਪਰ ਨੰਬਰ ਗੁਰਦਾਸ ਸਿੰਘ ਤਾਜਾ ਆਪਣੀ ਟੀਮ ਅੱਗੇ ਜੁੜਦਾ ਹੋਇਆ ਚੱਲ ਕਬੱਡੀ। ਹੈਲੋ ਕਸ਼ਮੀਰ ਟੈਂਟ ਹਾਊਸ ਸਟੇਜ ਤੇ ਪਹੁੰਚੇ ਬਹੁਤ ਵੱਡੇ ਮਾਣ ਵਾਲੀ ਗੱਲ ਪ੍ਰਿੰਸੀਪਲ ਗੁਰਦੀਪ ਸਿੰਘ ਜੀ ਦਿੰਦੇ ਨੇ ਜਾਣ ਕਰਕੇ ਤਾਜ਼ਾ
ਇਸੇ ਸਕੂਲ ਦਾ ਖਿਡਾਰੀ ਹੈ। ਆ ਸਕੂਲ ਲੈਵਲ ਦੇ ਵਿੱਚ ਪਹਿਲੀ ਵਾਰ ਜੇ ਪ੍ਰਸਿੱਧੀ ਮਿਲੀ ਤੇ ਤਾਜੇ ਨੂੰ ਇਸੇ ਨਗਰ ਦੇ ਵਿੱਚ ਮਿਲੀ। ਇਹ ਬਹੁਤ ਵੱਡੇ ਮਾਣ ਵਾਲੀ ਗੱਲ ਹੈ, ਇਹ ਖਿਡਾਰੀਆਂ ਵਾਸਤੇ, ਕੋਚਾਂ ਵਾਸਤੇ ਔਰ ਸਾਡੇ ਅਧਿਆਪਕਾਂ ਵਾਸਤੇ ਬਹੁਤ ਵੱਡੇ ਮਾਣ ਵਾਲੀ ਗੱਲ। ਤਾਂ ਇਧਰਲੇ ਪਾਸੇ ਵੇਖਾਂਗੇ ਵੀ ਖਿਡਾਰੀ ਕੋਸ਼ਿਸ਼ ਕਰਦੇ ਹੋਏ ਗੁੱਥਮ ਗੁੱਥੀ ਹੁੰਦੇ ਹੋਏ ਔਰ ਨਗਰ ਅਮਿਤ ਸੰਦੀਪ ਪਹੁੰਚਿਆ ਹੋਇਆ, ਕੁਲਜੀਤ ਦਾ ਪਹੁੰਚਿਆ ਹੋਇਆ ਔਰ ਨਾਲ ਕਹਿੰਦੇ ਮਹਾਨ ਸ਼ਾਹੀ ਬੂਟਾ ਤਲਵਲ ਮੇ ਇਹ ਪਹੁੰਚੇ ਹੋਏ ਨੇ ਔਰ ਨੰਬਰ ਸਵੇਰੇ ਪੂਨੇ ਦੀ ਟੀਮ ਅੱਗੇ ਜੁੜਦਾ ਹੋਇਆ। ਹੈਲੋ ਹੈਲੋ, ਆ ਸਕੂਲ ਵਾਲੇ ਗੇਟ ਦੇ ਮੂਹਰੇ ਜਿਹੜੇ ਮੋਟਰਸਾਈਕਲ ਦੋ ਚਾਰ ਖੜੇ ਆ, ਮੰਤਰੀ ਸਾਹਿਬ ਆ ਰਹੇ ਆ, ਉਹਨਾਂ ਦੀ ਗੱਡੀ ਲੰਘਣੀ ਆ, ਮਾੜੇ ਦੋ ਬੇਨਤੀ ਆ ਕਿ ਦੋ ਚਾਰ ਮੋਟਰਸਾਈਕਲ ਸਾਈਡ ਤੇ ਕਰ ਲਓ, ਪੁਲਿਸ ਵਾਲਾ ਬੇਨਤੀ ਆ। ਜਿਹੜੇ ਮੇਰੇ ਵੀਰਾਂ ਦੇ ਮੋਟਰਸਾਈਕਲ ਖੜੇ ਰਸਤੇ ਵਿੱਚ ਸਾਈਡ ਤੇ ਕਰਨ ਵਾਲੀ ਮਿਹਰਬਾਨੀ ਹੋਵੇਗੀ। ਲਓ ਇਧਰਲੇ ਪਾਸੇ ਕਬੱਡੀ ਪਾਉਂਦਾ ਹੈ ਕਾਕਾ ਮੇਘਵਾਲੀਆ ਔਰ ਨੰਬਰ ਫਗਵਾੜੇ ਦੀ ਟੀਮ ਉੱਤੇ ਜੁੜਦਾ ਹੋਇਆ। ਚੱਲ ਵੀ ਮਨਜਿੰਦਰ ਸਿਆ ਪਾ ਕਬੱਡੀ ਕਿ ਦੁੱਧ ਪੀ ਬਦਾਮ ਵੀ ਖਾਣੇ ਪੈਂਦੇ, ਤੜਕੇ ਉੱਠ ਕੇ ਡੰਡ ਲਾਣੇ ਪੈਂਦੇ, ਚਮਟ ਮਾਰਨੀ ਪੈਂਦੀ ਸ਼ੇਰ ਨਾਲ ਵੱਡੀ ਮਿੱਤਰ ਕਿ ਫੇਰ ਖੇਲ ਹੁੰਦੀ ਹੈ ਕਬੱਡੀ ਮਿੱਤਰ ਧਰਤੀ ਸੀਚੇ ਵੱਲ ਦੀ। ਲਓ ਮਹਾਨ ਖਿਡਾਰੀ ਮਨਜਿੰਦਰ ਸੀਚੇ ਵਾਲੀ ਕੁੱਲ ਮਿਲਾ ਕੇ 30 ਸੈਂਕੜ ਦੀ ਕਬੱਡੀ ਪਾਉਂਦਾ ਹੈ। ਲਓ ਆਹ ਵੇਖਾਂਗੇ ਵੀ ਇਸ ਵੇਲੇ ਕਹਿੰਦੇ ਵੀ ਇਹ ਹੈ ਖਿਡਾਰੀ ਮਨੀ ਦੋਲੋ ਨੰਗਲ ਕੋਸ਼ਿਸ਼ ਕਰਦਾ ਤਾਂ ਨੰਬਰ ਆਪਣੀ ਟੀਮ ਅੱਗੇ ਜੁੜਦਾ ਹੋਇਆ। ਚੱਲ ਵੀ ਮਨਿੰਦਰ ਸਿੰਘ ਪਾ ਕਬੱਡੀ ਕਹਿੰਦੇ ਲਗਾਤਾਰ 4 ਸਾਲ ਤੋਂ ਇੰਗਲੈਂਡ ਦੀ ਕਵੈਂਟਰੀ ਕਲੱਬ ਲਗਾਤਾਰ ਕਬੱਡੀ ਖੇਡਦਾ ਹੈ ਮਨਵਿੰਦਰ ਸਿੰਘ ਸਰਾ ਧਰਤੀ ਨੰਦਵਰ ਦੀ। ਲਓ ਨੂਰਗੁੰਜ ਇਲਾਕਾ ਇਧਰੇ ਪਾਸੇ ਕਬੱਡੀ ਤੇ ਅੰਕਾ ਜੀ ਨਾਲ ਤੁਰ ਕੇ ਇਸ਼ਾਰਾ ਕਰਦੇ ਹੋਏ ਕਿ ਨੰਬਰ ਰੇਡਰ ਦਾ ਜਿਨ੍ਹਾਂ ਨੇ ਆਹ ਕਬੱਡੀ ਖੇਡੀ ਆਪ ਸਾਰਾ ਕੁਛ ਆਪਣੇ ਪਿੰਡੇ ਦੇ ਹੰਡਾਇਆ, ਅੱਜ ਕੋਚਾਂ ਵਿੱਚ ਵੱਡੀ ਕਿਰਪਾ ਹੈ ਮਾਲਕ ਦੀ, ਇਹ ਬਖਸ਼ਿਸ਼ ਹੈ। ਚੱਲ ਵੀ ਚੁੱਲਿਆ ਪਾ ਕਬੱਡੀ ਕਿ ਸ਼ੇਰਾ ਮਰਦਾ ਘੋੜਿਆ ਕੰਮ ਪੈਣ ਅਵੱਲੇ, ਸ਼ੇਰਾ ਮਰਦਾ ਘੋੜਿਆ ਕੰਮ ਪੈਣ ਅਵੱਲੇ, ਦੁੱਲਾ ਬੱਗੇ ਪੈਂਦਾ ਮੰਗੀ ਬੱਗੇ ਪੈਂਦਾ। ਲਓ ਸਾਹਮਣੇ ਵੇਖਾਂਗੇ ਪੂਰਾ ਬੱਗੇ ਪੈਂਦਾ, ਕਮਾਲ ਹੁੰਦਾ ਹੈ ਇਹਦੇ ਪਾਸੇ ਮਨੀ ਕੋਸ਼ਿਸ਼ ਕਰਦਾ ਪਰ ਨੰਬਰ ਸਾਡੇ ਪਿੱਟੂ ਜੀ ਨੇ ਮਾਜੀਪੁਰ ਵਾਲੇ ਇਸ਼ਾਰਾ ਕਰਦੇ ਕਿ ਨੰਬਰ ਦੁੱਲਾ ਬੱਗੇ ਪਿੰਡ ਆਪਣੀ ਟੀਮ ਅੱਗੇ ਜੁੜਦਾ ਹੋਇਆ। ਚੱਲ ਵੀ ਸ਼ੇਰਾ ਪਾ ਕਬੱਡੀ ਟੀਮ ਫੁੱਲਾਂ ਵਾਲੀ ਕਬੱਡੀ ਪਾਉਂਦਾ ਹੋਇਆ, ਇੱਕ ਪਾਸੇ ਕਹਿੰਦੇ ਵੀ ਨਗਰ ਦੀ ਟੀਮ ਮੈਸ਼ਰ ਦੀ ਔਰ ਦੂਸਰੇ ਪਾਸੇ ਫਗਵਾੜੇ ਦੀ। ਲਓ ਆਹ ਵੇਖਾਂਗੇ ਵੀ ਜਾਫੀ ਭੱਜ ਤੁਰਿਆ ਪਾ ਕੇ ਰੇਡਰ ਨਾਲ ਪੰਗਾ। ਲਓ ਆਹ ਵੇਖਾਂਗੇ ਹੁਣ ਦੋ ਨੰਬਰ ਤੋਂ ਕਮਾਲ ਹੁੰਦਾ ਹੋਇਆ 365.com ਦੀ ਟੀਮ ਵੀ ਕੈਚ ਕਰੇਗੀ, ਤਾੜੀਆਂ ਵਜੋਗੀਆਂ ਵੀ ਕਬੱਡੀ 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 ਨੰਬਰ ਰੇਡਰ ਦਾ ਹੋ ਗਿਆ, ਨੰਬਰ ਧਾਬੀ ਦਾ ਹੋ ਗਿਆ 30 ਸੈਕਿੰਡ ਦੀ ਕਬੱਡੀ। ਜੇ ਕੁਝ ਸੈਕਿੰਡ ਹੋਰ ਰਹਿੰਦੇ ਤੇ ਗੱਲ ਹੋਰ ਹੋ ਜਾਂਦੀ ਸੀ ਨੰਬਰ ਸੀ ਜਾਫੀ ਦਾ, ਪਰ ਨੰਬਰ ਹੋ ਗਿਆ ਰੇਡਰ ਦਾ। ਚੱਲ ਡੀਡੀ ਪੰਜਾਬੀ ਟੀਵੀ ਬੁੱਧਵਾਰ ਨੂੰ ਸਰਗਰਮੀਆਂ ਦੇ ਵਿੱਚ ਵੇਖ ਸਕਦੇ ਹੋ ਇੱਥੋਂ ਵਾਲੇ ਸੀਨ, ਸਾਰਾ ਹੀ ਕੈਚ ਹੋ ਰਿਹਾ। ਸਾਡੇ ਵੀਰਾਂ ਨੂੰ ਬੇਨਤੀ ਹੈ ਜਿਹਦੇ ਕੋਲ ਗੇਟ ਦੀ ਚਾਬੀ ਹੈ ਮੇਨ ਗੇਟ ਦੀ ਉਹ ਚਾਬੀ ਲੈ ਕੇ ਲਾਓ ਖੋਲ ਦੇਵੇ, ਮੰਤਰੀ ਸਾਹਿਬ ਦੀ ਗੱਡੀ ਬਾਹਰ ਖੜੀ, ਇਸ ਕਰਕੇ ਬੇਨਤੀ ਹੈ। ਲਓ ਗੁਰਦਾਸ ਸਿੰਘ ਤਾਜਾ ਤਾਜਾ ਕਮਾਲ ਕਰਦਾ ਹੋਇਆ ਔਰ ਨੰਬਰ ਆਪਣੀ ਟੀਮ ਉੱਤੇ ਜੁੜਦਾ ਹੋਇਆ। ਹੈਲੋ, ਗੇਟ ਦੀ ਚਾਬੀ ਸ਼ਿੰਗਾਰਾ ਸਿੰਘ, ਸ਼ਿੰਗਾਰਾ ਸਿੰਘ ਗੇਟ ਦੇ ਕੋਲ ਪਹੁੰਚ ਜਾਵੇ, ਛੇ ਤੋਂ ਛੇਦੀ ਪਹੁੰਚ ਜਾਓ, ਮੰਤਰੀ ਸਾਹਿਬ ਦੀ ਗੱਡੀ ਬਾਹਰ ਖੜੀ ਹੈ। ਲਓ ਸਾਹਮਣੇ ਮੋਨੂ ਉਦੋਂ ਵਾਲੀ ਕਬੱਡੀ ਪਾਉਂਦਾ ਹੋਇਆ, ਬੇਨਤੀ ਹੈ ਜਿਸ ਮੇਰੇ ਵੀਰ ਦੇ ਕੋਲ ਸਪਰੇ ਹੋਵੇ ਗਰਾਊਂਡ ਵੀ ਪਾਉਂਦੀ ਕਰ ਦੇਵੇ
ਗੁਰਗਾਉਣ ਦੇ ਵਿੱਚ ਛਪਰੇ ਦੀ ਡਿਮਾਂਡ ਕੀਤੀ ਜਾ ਰਹੀ ਹੈ ਤਾਂ ਉਹ ਮੋਹਨ ਉਦੋਂ ਵਾਲੀ ਇੱਕ ਸ਼ਾਨਦਾਰ ਨੰਬਰ ਪੂਨੀ ਰਿਮਾਂ ਦੀ ਟੀਮ ਉੱਤੇ ਜੁੜਦਾ ਹੋਇਆ। ਉਧਰੇ ਪਾਸੇ ਗੇਟ ਦੀ ਚਾਬੀ ਜਿਸ ਮੇਰੇ ਵੀਰ ਦੇ ਕੋਲ ਹੋਵੇ ਉਹ ਚਾਬੀ ਗੇਟ ਤੱਕ ਪਹੁੰਚਦੀ ਕਰ ਦੇਵੇ, ਕਿਉਂਕਿ ਸਾਡੇ ਮੁੱਖ ਮਹਿਮਾਨ ਸਾਡੇ ਅੱਜ ਦੇ ਜਿਹੜੇ ਸਰਕਾਰਯੋਗ ਮਹਿਮਾਨ ਨੇ ਉਹ ਬਾਹਰ ਵੇਟ ਕਰਦੇ ਨੇ, ਇਸ ਕਰਕੇ ਬੇਨਤੀ ਹੈ ਜਿਹਦੇ ਕੋਲ ਚਾਬੀ ਹੋਵੇ ਉਹ ਪਹੁੰਚਦੀ ਕਰ ਦੇਵੇ, ਮਿਹਰਬਾਨੀ ਹੋਵੇਗੀ। ਚੱਲ ਵੀ ਸ਼ੇਰਾ ਪਾ ਕਬੱਡੀ ਲਓ ਕਾਕਾ ਐਸ ਹੋਏ ਮੇਘੋ ਵੱਲ ਕਬੱਡੀ ਗਰਾਊਂਡ ਦੇ ਵਿੱਚ ਕਾਰ ਪਾਉਂਦਾ ਹੋਇਆ ਆਓ ਸਾਹਮਣੇ ਵੇਖਾਂਗੇ ਵੀ ਆ ਕਹਿੰਦੇ ਵੀ ਸਿੰਦਰਾ ਪਿੰਡ ਦਾ ਹੈ ਜਿੰਦਰ ਜੇ ਪਿੰਡ ਦਾ ਲਵਪ੍ਰੀਤ ਸਿੰਘ ਗੁਰਲਾਲ ਕਬੱਡੀ ਖੇਡਦਾ ਹੈ ਤਾਂ ਉਹ ਇਧਰਲੇ ਪਾਸੇ ਨੰਬਰ ਵੇਖਾਂਗੇ ਵੀ ਇਹ ਹੈ ਕਾਕਾ ਮੇਘੋ ਵਾਲੀਆ ਆਪਣੀ ਟੀਮ ਉੱਤੇ ਜੁੜਦਾ ਹੋਇਆ। ਚੱਲ ਚੁਲਿਆ ਪਾ ਕਬੱਡੀ ਕੇ ਬਾਰ ਬਾਰ ਪਾਉਣ ਕਬੱਡੀ ਕੰਮ ਨਹੀਂ ਦੇਰਾਂ ਦਾ ਖੇਡ ਕਬੱਡੀ ਖੇਡਣਾ ਸ਼ੌਂਕ ਪੰਜਾਬੀ ਸ਼ੇਰਾਂ ਦਾ ਖੇਡ ਕਬੱਡੀ ਖੇਡਣਾ ਸ਼ੌਂਕ ਪੰਜਾਬੀ ਸ਼ੇਰਾਂ ਦਾ ਦੁੱਲੇ ਦੇ ਸੱਟ ਲੱਗੀ ਇੱਕ ਸਾਲ ਕਬੱਡੀ ਨਹੀਂ ਖੇਲੀ ਮਾਲਕ ਨੇ ਤੰਦਰੁਸਤੀ ਬਖਸ਼ੀ ਦੁੱਲਾ ਫਿਰ ਗਰਾਊਂਡ ਦੇ ਵਿੱਚ ਸ਼ੇਰ ਵਾਂਗੂ ਬੁੱਕਦਾ ਹੋਇਆ ਔਰ ਨੰਬਰ ਆਪਣੀ ਟੀਮ ਅੱਗੇ ਪਾਉਂਦਾ ਹੋਇਆ। ਮਨਿੰਦਰ ਸਿੰਘ ਸਰਾਹ ਕਬੱਡੀ ਪਾਉਂਦਾ ਹੋਇਆ ਪੜ੍ਹ ਲਿਖ ਦੇ ਕਹਿੰਦੇ ਵੀ ਅੰਗਰੇਜ਼ ਪੂਨੀਆ ਦਾ ਤੇ ਆਹ ਵੇਖਾਂਗੇ ਸੁੱਖਾ ਸਰ ਕਮਾਲ ਕਰਦਾ ਹੈ ਗਰਾਊਂਡ ਦੇ ਵਿਚਕਾਰ ਗੁੱਟ ਫੜਿਆ ਹੋਇਆ ਲਓ ਕੈਂਚੀ ਲੱਗਣ ਦੀ ਤਿਆਰੀ ਚੱਲਦੀ ਹੋਈ ਕਬੱਡੀ ਕਬੱਡੀ ਗਰਾਊਂਡ ਦੇ ਵਿਚਕਾਰ ਹੁੰਦੀ ਹੋਈ ਨੰਬਰ ਦੋਨੇ ਪਾਸੇ ਕੀਮਤੀ ਲਓ ਇਧਰਲੇ ਪਾਸੇ ਨੰਬਰ ਵੇਖਾਂਗੇ ਵੀ ਮਨਿੰਦਰ ਸਿੰਘ ਸਰਾਹ ਆਪਣੀ ਟੀਮ ਅੱਗੇ ਜੁੜਦਾ ਹੋਇਆ ਨੰਬਰ ਧਾਵੀ ਦਾ ਜਿਹੜੇ ਦਰਸ਼ਕ ਵੀਰ ਹੁਣੇ ਹੁਣੇ ਪਹੁੰਚੇ ਨੇ ਆਪਾਂ ਨੋਟ ਕਰ ਲਈਏ ਅੱਜ ਦੇ ਕਬੱਡੀ ਕੱਪ ਦਾ ਤੀਜਾ ਮੈਚ ਚੱਲਦਾ ਇੱਕ ਪਾਸੇ ਟੀਮ ਪੂਨੀਆ ਰੇੜਮਾ ਦੀ ਦੂਸਰੇ ਪਾਸੇ ਗੁਰੂ ਅੰਗਦ ਦੇਵ ਜੀ ਮਹਾਰਾਜ ਕਬੱਡੀ ਕਲੱਬ ਫਗਵਾੜਾ ਅੱਜ ਦੇ ਕਬੱਡੀ ਦਾ ਤੀਜਾ ਮੈਚ ਚੱਲਦਾ ਹੋਇਆ। ਸਾਡਾ ਵੀ ਸੋਨੂੰ ਬੇਰੀ ਵਾਲਾ ਬੇਨਤੀ ਹੈ ਸਾਡੀ ਆਵਾਜ਼ ਨੂੰ ਸੁਣਦੇ ਹੋ ਪ੍ਰਬੰਧਕਾਂ ਨਾਲ ਸੰਪਰਕ ਕਰਨ ਮਿਹਰਬਾਨੀ ਹੋਵੇਗੀ। ਸਾਡੇ ਸੋਨੂੰ ਵੀਰ ਬੇਰੀਵਾਲ ਨੂੰ ਬੇਨਤੀ ਹੈ ਉਹ ਸਾਡੀ ਆਵਾਜ਼ ਨੂੰ ਸੁਣਦੇ ਹੋਣ ਤੇ ਸੰਪਰਕ ਕਰ ਲੈਣ ਮਿਹਰਬਾਨੀ ਹੋਵੇਗੀ। ਬਹੁਤ ਵੱਡੇ ਮਾਣ ਵਾਲੀ ਗੱਲ ਹੈ ਸਾਡੇ ਸਾਬਕਾ ਖਿਡਾਰੀ ਗੁਰਮੇਲ ਮੇਲਾ ਮੇਲੋ ਲੈਂਬਰ ਮੰਗਲ ਸਿੰਘ ਜੀ ਮੰਗੀ ਅਮਰੀਕ ਸਿੰਘ ਜੀ ਮੀਕਾ ਬਲਦੇਵ ਸ਼ਰਮਾ ਜੀ ਗੁਰਮੇਲ ਮੇਲੋ ਜੀ ਕਮਲਜੀਤ ਸਿੰਘ ਜੀ ਕੰਮੀ ਓਕਾਰ ਸਿੰਘ ਜੀ ਅੰਕਾ ਵਿਸ਼ੇਸ਼ ਤੌਰ ਤੇ ਪਹੁੰਚੇ ਹੋਏ ਜਿਨ੍ਹਾਂ ਨੇ ਆਪ ਕਬੱਡੀ ਖੇਡੀ ਹੁਣ ਕੋਚਾਂ ਵਿੱਚ ਵੱਡੀ ਕਿਰਪਾ ਹੈ ਲਓ ਸਾਹਮਣੇ ਕਬੱਡੀ ਗਰਾਊਂਡ ਦੇ ਵਿਚਕਾਰ ਪੈਂਦੀ ਹੋਈ ਜੱਫਾ ਲੱਗਣ ਦਾ ਮਾਹੌਲ ਬਣਿਆ ਹੈ ਲਓ ਤਾੜੀਆਂ ਵੱਜਦੀਆਂ ਹੋਈਆਂ ਕਿ ਤਾੜੀ ਜਦ ਵੀ ਵੱਜਦੀ ਹੈ ਪਤਾ ਲੱਗਦਾ ਲੋਕਾਂ ਦੇ ਮਨ ਲੱਗਿਆਂ ਦਾ ਦੁਨੀਆਂ ਪੋਚਦੀ ਯੋਧਿਆਂ ਨੂੰ ਕੋਈ ਨਾ ਨਹੀਂ ਲੈਂਦਾ ਭੱਜਿਆਂ ਦਾ ਲਓ ਸਾਹਮਣੇ ਮੋਨੂੰ ਉੱਧ ਵਾਲੀ ਅਗਲੀ ਸ਼ਾਨਦਾਰ ਕਬੱਡੀ ਪਾਉਣ ਵਾਸਤੇ ਤਿਆਰੀ ਕਰਦਾ ਹੋਇਆ ਸਾਡੇ ਲਾਲ ਸਿੰਘ ਜੀ ਯੂਕੇ ਤੋਂ ਬਲਵੰਤ ਸਿੰਘ ਜੀ ਸਾਡੇ ਪੰਜਾਬ ਪੁਲਿਸ ਵਾਲੇ ਬਲਵੰਤ ਸਿੰਘ ਜੀ ਪੰਜ ਪੂਨੀਆਂ ਤੋਂ ਅਵਤਾਰ ਸਿੰਘ ਸਾਬਕਾ ਸਰਪੰਚ ਰਣਧੀਰ ਸਿੰਘ ਜੀ ਸਾਬਕਾ ਪੰਚ ਲਸ਼ਮ ਸਿੰਘ ਜੀ ਸਾਬਕਾ ਪੰਚ ਜਸਵੰਤ ਸਿੰਘ ਜੀ ਸਾਬਕਾ ਸਰਪੰਚ ਲਖਵਿੰਦਰ ਸਿੰਘ ਲੰਬੜਦਾਰ ਧਰਮਿੰਦਰ ਸਿੰਘ ਜੀ ਤੂਰ ਬਲਦੇਵ ਸਿੰਘ ਜੀ ਮਾਂਡੋ ਤੇ ਸੋਨੂੰ ਬੇਰੀਵਾਲ ਇਹ ਵੱਡੇ ਪ੍ਰਬੰਧ ਨੇ ਲਓ ਅਗਲੀ ਕਬੱਡੀ ਸੋਨੂੰ ਚੀਮਾਵਾਲ ਅਗਲੀ ਕਬੱਡੀ 30 ਸੈਕਿੰਡ ਦੀ ਗਰਾਊਂਡ ਵਿਚਕਾਰ ਪਾਉਂਦਾ ਹੋਇਆ ਮੰਗੀ ਬੱਗੇ ਪਿੰਡ ਦਿੰਦਾ ਹੋਇਆ ਟ੍ਰੇਨਿੰਗ ਆਪਣੀ ਟੀਮ ਨੂੰ ਕਿ ਦੋ ਚਾਰਜ ਉੱਥੇ ਲੱਗ ਜਾਣ ਤੇ ਗੱਲ ਕੁਝ ਹੋਰ ਹੋਵੇਗੀ ਲਓ ਸੋਨੂੰ ਚੀਮਾ ਸਿੰਘ ਸਰਦਾਰ ਕਬੱਡੀ ਪਾਉਂਦਾ ਹੋਇਆ ਲਓ ਇਧਰਲੇ ਪਾਸੇ ਵੇਖਾਂਗੀ ਦੋ ਨੰਬਰ ਤੋਂ ਆ ਖਿਡਾਰੀ ਕਰਦਾ ਹੋਇਆ ਕਮਾਲ ਮੱਲੇ ਵੱਲ ਮੱਲੀਆਂ ਵਾਲਾ ਲਓ ਸੁੱਖਾ ਕਮਾਲ ਕਰਦਾ ਹੋਇਆ ਤੇ ਆਹ ਨੰਬਰ ਦੇਖਾਂਗੇ ਵੀ ਸੋਨੂੰ ਚੀਮਾ ਧੂਰਾ ਪੜਦਾ ਹੋਇਆ ਆਪਣੀ ਟੀਮ ਅੱਗੇ ਜੁੜਦਾ ਹੋਇਆ ਨੰਬਰ ਤਾਵੀ ਦਾ ਚੱਲ ਵੀ ਤੁਲਿਆ ਸ਼ੇਰਾ ਪਾ ਕਬੱਡੀ ਮੀਕਾ ਠੇਕਦਾ ਕਹਿੰਦਾ ਕਿ ਦੁੱਲਾ ਲਗਾਤਾਰ ਪੰਜ ਕਬੱਡੀਆਂ ਪਾ ਕੇ ਨੰਬਰ ਲਾਵੇ ਪੰਜ ਤੇ 500 ਰੁਪਇਆ ਹੋਵੇਗਾ ਜੇ ਜੱਫਾ ਲੱਗਾ ਤੇ 500 ਜਾਫੀ ਨੀ ਹੋਵੇਗਾ ਲਓ ਪਹਿਲੀ ਕਬੱਡੀ ਪੈ ਚੁੱਕੀ ਹੁਣ 4 ਕਬੱਡੀਆਂ ਮੀਕਾ ਜੀ ਹੋਰ ਪੈਣ ਗਈਆਂ ਜੇ ਲਿਫਰ ਹੋ ਗਏ ਦੁੱਲੇ ਦੇ ਤੇ 500 ਰੁਪਇਆ ਦੁੱਲੇ ਦੇ ਵਾਸਤੇ ਵੱਡਾ ਮਾਣ ਹੋਵੇਗਾ ਚੱਲ ਵੀ ਕਾਕਾ ਅੱਗੇ ਤੋਂ ਅਗਲੀ ਕਬੱਡੀ
ਫਿਰ ਗਰਾਊਂਡ ਦੇ ਵਿਚਕਾਰ ਪਾਉਂਦਾ ਹੋਇਆ, ਕਹਿੰਦੇ ਕਬੱਡੀ ਦੇ ਵਿਚਕਾਰ ਸਿਕੰਦਰ ਖਿਡਾਰੀ ਹੋਇਆ, ਉਹ ਹੋਇਆ ਸਵਾ ਬਲ ਦਾ। ਲਓ ਆਹ ਵੇਖਾਂਗੇ ਅੱਜ ਕਬੱਡੀ ਦਾ ਸਿਕੰਦਰ ਕੌਣ ਸਾਬਤ ਹੋਵੇਗਾ। ਲਓ ਆਹ ਵੇਖਾਂਗੇ ਜਿੰਦਲ ਸਿੰਦਰਾਂ ਵਾਲਾ ਕੁਛ ਕਰਦਾ ਹੋਇਆ। ਸਿਆਣੇ ਕਹਿੰਦੇ ਕਿ ਦੋ ਨੰਬਰ ਦਾ ਧੰਦਾ ਮਾੜਾ ਤੇ ਦੋ ਨੰਬਰ ਦਾ ਬੰਦਾ ਮਾੜਾ, ਪਰ ਜੇ ਦੋ ਨੰਬਰ ਲੱਫਾ ਕਿਤੇ ਪੈ ਜਾਵੇ ਤੇ ਫਿਰ ਬੱਲੇ ਬੱਲੇ ਹੋ ਜਾਂਦੀ ਹੈ, ਫਿਰ ਬੱਲੇ ਬੱਲੇ ਹੋ ਜਾਂਦੀ ਹੈ। ਚੱਲ ਵੀ ਤਾਜੇ ਪਾ ਕਬੱਡੀ, ਮਾਲਕ ਨੇ ਕਿਰਪਾ ਕੀਤੀ, ਨਾਟ 11 ਦਿੱਤਿਆ ਕਿ ਮਸਾ ਕੰਮ ਚਲਾਇਆ ਸੀ, ਪਾ ਕੁੰਡੀਆਂ ਤਾਰਾਂ ਤੇ ਰੱਬ ਜਾਲ ਜਾਂਦਾ ਬਹਿ ਕੇ ਨਾਟ 11 ਤੇ। ਲਓ ਸਾਡਾ ਵੀਰ ਮੀਤਾ ਕਹਿੰਦਾ ਕਿ ਤਾਜੇ ਦੇ 500 ਰੁਪਈਆ ਹੋ ਗਿਆ, ਕਬੱਡੀ 1000 ਦੀ। ਲਓ ਤਾਜੇ ਦੇ 5 ਕਬੱਡੀਆਂ ਦੇ 500 ਦੇ ਵੱਡੇ ਮਾਣ ਹੋਗੇ। ਲਓ ਇਹਦੇ ਪਾਸੇ ਤਾਜਾ ਕਾਲ ਸੁਣ ਗਿਆ ਜਿੱਥੇ ਬਾਬੇ ਕਾਹਦਾਸ ਦੀ ਅਪਾਰ ਕਿਰਪਾ ਹੈ। ਲਓ ਇਸ ਵੇਲੇ ਆਪਣੀ ਟੀਮ ਅਤੇ ਨੰਬਰ ਜੋੜਦਾ ਹੋਇਆ, ਚੱਲ ਅਮਰਿੰਦਰ ਸਰਾਂ ਕਬੱਡੀ ਪਾਉਂਦਾ ਹੋਇਆ। ਕਲਗੀ ਤਰਦੀ ਵਸਾਈ ਹੋਈ ਨਗਰੀ, ਆਨੰਦਪੁਰ ਦੀ ਪਵਿੱਤਰ ਨਗਰੀ, ਉਹਦੇ ਲਾਗੇ ਹੈ ਨੂਰਪੁਰ ਬੋਦੀ ਦਾ ਇਲਾਕਾ। ਲਓ ਸਰਾਂ ਪਿੰਡ ਵਾਲਾ ਅਮਰਿੰਦਰ ਕਬੱਡੀ ਪਾਉਂਦਾ ਹੋਇਆ ਮਨਾਂ ਦੇ ਲਕਾਰ, ਤੇ ਇਧਰਲੇ ਪਾਸੇ ਨੰਬਰ ਆਪਣੀ ਟੀਮ ਅੱਤੇ ਉੜਦਾ ਹੋਇਆ ਨੰਬਰ ਤਾਵੀਦਾ। ਚਾਲੀ ਮੈਨੂੰ ਉਦੋਂ ਵਾਲੀ ਹੈ ਚੜ੍ਹਦੀ ਹੋਈ ਜਵਾਨੀ ਵਿੱਚ ਕਬੱਡੀ ਪਾਉਂਦਾ ਹੋਇਆ ਕਿ ਆਈ ਜਵਾਨੀ ਚੱਲ ਮਸਤਾਨੀ, ਨਹੀਂ ਲੁਕਾਇਆ ਲੁਕਦੀ, ਗਿੱਠ ਗਿੱਠ ਪੈਰ ਜ਼ਮੀਨ ਦੇ ਉੱਤੇ ਤੇ ਮੋਢਿਆਂ ਉੱਤੋਂ ਥੁੱਕਦੀ, ਗਿੱਠ ਗਿੱਠ ਪੈਰ ਜ਼ਮੀਨ ਦੇ ਉੱਤੇ ਮੋਢਿਆਂ ਉੱਤੋਂ ਥੁੱਕਦੀ। ਲੋਕੀ ਭਟਾਂਡੇ ਵਾਲਾ ਔਰ ਨਾਲ ਕਹਿੰਦੇ ਵੀ ਮਣੀ ਵਰਗੇ, ਭੋਂਦੂ ਵਰਗੇ ਤੇ ਡੀਸੀ ਵਰਗੇ ਚਾਰ ਜਾਫੀ ਹੈ, ਪਰ ਨੰਬਰ ਮੈਨੂੰ ਉੱਧ ਵਾਲੀ ਆ ਅੰਦਾਬ ਤੋਂ ਕੇ ਆਪਣੀ ਟੀਮ ਅੱਤੇ ਜੋੜਦਾ ਹੋਇਆ। ਚੌਥੇ ਮੈਚ ਦੀਆਂ ਟੀਮਾਂ ਨੂੰ ਬੇਨਤੀ ਹੈ ਉਹ ਤਿਆਰੀ ਕਰਕੇ ਜਲਦਾ ਚੌਥੇ ਮੈਚ ਵਾਸਤੇ ਦੋਨੇ ਟੀਮਾਂ ਖੇਡ ਮੈਦਾਨ ਵਿੱਚ ਆ ਜਾਣ, ਮਿਹਰਬਾਨੀ ਹੋਵੇਗੀ। 11 ਫਰਵਰੀ ਨੂੰ ਦਿਨ ਵੀਰਵਾਰ ਨੂੰ ਢੰਡੋਵਾਲ ਦਾ ਕਬੱਡੀ ਕੱਪ ਹੋਵੇਗਾ, ਚੱਠੇ ਭਰਾਵਾਂ ਨੂੰ ਆਪ ਸਭ ਨੂੰ ਪਿਆਰ ਭਰੇ ਸੱਦੇ ਹੋਣਗੇ। ਲਓ ਇਧਰਲੇ ਪਾਸੇ ਨੰਬਰ ਤਾਂ ਵੀ ਆਪਣੀ ਟੀਮ ਅਤੇ ਪੀਮ ਫੁੱਲਾਂ ਵਾਲੀ ਆ ਇੱਕ ਹੋਰ ਨੰਬਰ ਦਾ ਵਾਧਾ ਕਰਦਾ ਹੋਇਆ। ਚੱਲ ਵੀ ਦੁੱਲਿਆ ਪਾ ਕਬੱਡੀ, ਲਓ ਦੁੱਲਾ ਬੱਗੇ ਪਿੰਡ ਦਾ ਜਿਹਦੀ ਜੋੜੀ ਕਹਿੰਦੇ ਵੀ ਮੰਗੀ ਜਾਣ ਬੜੀ ਮਸ਼ਹੂਰ ਹੈ, ਭਰਾਵਾਂ ਵਾਲਾ ਪਿਆਰ ਹੈ, ਇੱਕੋ ਪਿੰਡ ਪਲੇ ਔਰ ਇੱਕੋ ਗਰਾਊਂਡ ਵਿੱਚ ਕਬੱਡੀ ਖੇਲੇ। ਜਿੰਦਰ ਖਾਨ ਵੱਲ ਨੂੰ ਮਾਣ ਹੈ ਗੁਰੂ ਹੋਣ ਦਾ ਕਿ ਸੇਬ ਸੇਬ ਹੁੰਦੇ ਹੈ, ਕੇਲੇ ਕੇਲੇ ਹੁੰਦੇ ਹੈ, ਗੁਰੂ ਗੁਰੂ ਚੇਲੇ ਚੇਲੇ ਹੁੰਦੇ ਹੈ, ਬੱਕਰੇ ਬੱਕਰੇ ਲੇਲੇ ਲੇਲੇ ਹੁੰਦੇ ਹੈ, ਪੈਸੇ ਪੈਸੇ ਧੇਲੇ ਧੇਲੇ ਹੁੰਦੇ ਹੈ, ਕਿ ਗੁਰੂ ਗੁਰੂ ਚੇਲੇ ਚੇਲੇ ਹੁੰਦੇ ਹੈ। ਤਾਂ ਐਸ ਦੁੱਲਾ ਇੱਕ ਹੋਰ ਨੰਬਰ ਆਪਣੀ ਟੀਮ ਅੱਤੇ ਉੜਦਾ ਹੋਇਆ। ਅੱਧਾ ਸਮਾਂ ਮੈਦਾਨ ਦੇ ਵਿਚਕਾਰ ਚੱਲਦੇ ਹੋਏ ਮੈਚ ਦਾ ਹੋ ਚੁੱਕਾ, ਆਪਾਂ ਸਕੋਰ ਕਲੀਅਰ ਕਰਾਂਗੇ ਅੱਧੇ ਸਮੇਂ ਦੇ ਵਿੱਚ ਦੋਨਾਂ ਟੀਮਾਂ ਦੇ ਕਿੰਨੇ ਕਿੰਨੇ ਪੁਆਇੰਟ ਰਹੇ, ਔਰ ਨਾਲ ਹੀ ਚੌਥੇ ਮੈਚ ਦੀਆਂ ਟੀਮਾਂ ਨੂੰ ਬੇਨਤੀ ਕਰ ਦਈਏ ਟੀਮਾਂ ਤਿਆਰੀ ਕਰਕੇ ਖੇਡ ਮੈਦਾਨ ਦੇ ਵਿੱਚ ਆ ਜਾਣ। ਗੁਰੂ ਅੰਗਦ ਦੇ ਕਬੱਡੀ ਕਲੱਬ ਫਗਵਾੜਾ ਦੇ ਨੇ 15 ਪੁਆਇੰਟ ਤੇ ਪੂਨੀਆ ਕਬੱਡੀ ਕਲੱਬ ਦੇ ਨੇ 20 ਪੁਆਇੰਟ, 5 ਨੰਬਰ ਲੈ ਕੇ ਅੱਗੇ ਜਾ ਰਹੀ ਹੈ ਪੂਨੀਆ ਰਮਨ ਦੀ ਟੀਮ। ਸੋ ਚੌਥੇ ਮੈਚ ਦੀਆਂ ਟੀਮਾਂ ਨੂੰ ਬੇਨਤੀ ਹੈ ਉਹ ਜਲਦ ਖੇਡ ਮੈਦਾਨ ਦੇ ਵਿੱਚ ਆ ਜਾਣ। ਮੈਂ ਵਾਰ ਵਾਰ ਬੇਨਤੀ ਫਿਰ ਕਰਦਾ ਜਾ ਰਿਹਾ ਗਰਾਊਂਡ ਦੇ ਵਿਚਕਾਰ ਕਿ ਗਰਾਊਂਡ ਦੇ ਵਿਚਕਾਰ ਸਪਰੇਅ ਦੀ ਡਿਮਾਂਡ ਮਹਿਸੂਸ ਕੀਤੀ ਜਾ ਰਹੀ ਹੈ, ਇਸ ਕਰਕੇ ਬੇਨਤੀ ਸਾਡੇ ਪ੍ਰਬੰਧਕਾਂ ਨੂੰ ਸਾਡੇ ਕੋਲ ਸਪਰੇਅ ਹੋਵੇ ਤੇ ਆਪਾਂ ਗਰਾਊਂਡ ਵਿੱਚ ਪਹੁੰਚੀ ਕਰ ਦਈਏ ਮਿਹਰਬਾਨੀ ਹੋਵੇਗੀ। ਸਾਡੇ ਬਹੁਤ ਸਾਰੇ ਐਨਾਂ ਦੀ ਵੀਰ ਬੱਗਾ ਕੈਨੇਡਾ ਤੋਂ, ਜਿੰਦਾ ਕੈਨੇਡਾ ਤੋਂ, ਕਿੰਦਾ ਕੈਨੇਡਾ ਤੋਂ, ਅਤਾਰ ਸਿੰਘ ਜੀ ਤਾਰੀ ਕੈਨੇਡਾ ਤੋਂ, ਰੂਪਾ ਲੰਬੜ ਜੀ ਯੂਕੇ ਤੋਂ ਪੂਨੀਆਂ ਵਾਲੇ, ਪਰਮਜੀਤ ਸਿੰਘ ਪੰਮਾ ਜੂਕੇ ਤੋਂ, ਮਨਜੀਤਾ ਜੂਕੇ ਤੋਂ, ਦਲਜੀਤ ਜੂਕੇ ਤੋਂ, ਜਿੰਦਾ ਜੂਕੇ ਤੋਂ, ਰੇਸ਼ਮ ਸਿੰਘ ਭਲਵਾਨ ਜੂਕੇ ਤੋਂ ਇਹ ਵੱਡੇ ਮਾਣ ਭੇਜਦੇ ਨੇ, ਬਹੁਤ ਬਹੁਤ ਧੰਨਵਾਦ। ਰਾਣਾ ਜੀ ਕੁਲਾਰ ਕੈਨੇਡਾ ਤੋਂ, ਪੀਤਾ ਕਾਲੂ ਪਿੰਡ ਕੋਠੇ ਇਟਲੀ ਵਾਲੇ ਵੱਡਾ ਮਾਣ ਭੇਜਦੇ ਨੇ, ਧੰਨਵਾਦ। ਪਾਲਾ ਜਲਾਲਪੁਰੀਆ ਕੈਨੇਡਾ ਤੋਂ, ਲਓ ਹੁਣ ਸਾਈਡਾਂ ਚੇਂਜ ਹੋ ਗਈਆਂ ਨੇ,
ਇਧਰਲੇ ਪਾਸੇ ਟੀਮ ਫਗਵਾੜੇ ਦੀ, ਸੜਕ ਵਾਲੇ ਪਾਸੇ ਟੀਮ ਸਾਡੇ ਪਿੰਡ ਦੀ ਹੈ। ਲਓ ਆਹ ਪਾਉਂਦਾ ਹੈ ਪਹਿਲੀ ਕਬੱਡੀ ਅੱਧੇ ਸਮੇਂ ਤੋਂ ਬਾਅਦ। ਲਓ ਸੋਨੂੰ ਚੀਮਾ ਪਹਿਲੀ ਕਬੱਡੀ ਪਾ ਕੇ ਆਪਣੀ ਟੀਮ ਉੱਤੇ ਇੱਕ ਹੋਰ ਸਕੋਰ ਦਾ ਵਾਧਾ ਕਰਦਾ ਹੋਇਆ। ਮੈਂ ਬੇਨਤੀ ਕਰਾਂ ਅਗਲਾ ਮੈਚ ਹੋਵੇਗਾ ਮਾਤਾ ਪੰਜਾਬ ਕੋਲ ਕਬੱਡੀ ਕਲੱਬ ਨੰਗਲ ਅੰਬੀਆਂ ਤੇ ਕੀਪਾ ਸੋਨ ਕਬੱਡੀ ਕਲੱਬ ਰੁੜਕੀ, ਦੀਪਾ ਸੋਨ ਕਬੱਡੀ ਕਲੱਬ ਰੁੜਕੀ, ਨੰਗਲ ਅੰਬੀਆਂ ਦੇ ਰੁੜਕੀ ਦੀ ਟੀਮਾਂ ਨੂੰ ਬੇਨਤੀ ਹੈ ਜਲਦੀ ਉਹ ਖੇਡ ਮੈਦਾਨ ਦੇ ਵਿੱਚ ਆ ਜਾਣਾ। ਦੋਨਾਂ ਟੀਮਾਂ ਨੂੰ ਬੇਨਤੀ ਹੈ। ਸੰਦੀਪ ਨੰਗਲ ਅੰਬੀਆਂ ਦੀ ਇੱਕ ਪਾਸੇ ਟੀਮ ਖੇਲੇਗੀ ਔਰ ਦੂਸਰੇ ਪਾਸੇ ਰੁੜਕੀ ਪਿੰਡ ਦੇ ਸੋਨ ਦੀ ਟੀਮ ਖੇਲੇਗੀ। ਦੋਨਾਂ ਟੀਮਾਂ ਦੇ ਖਿਡਾਰੀਆਂ ਨੂੰ, ਦੋਨਾਂ ਟੀਮਾਂ ਦੇ ਕੋਚਾਂ ਨੂੰ ਬੇਨਤੀ ਹੈ। ਮੇਰੇ ਵੱਡੇ ਵੀਰ ਇੰਗਲੈਂਡ ਦੇ, ਜੇ ਮੈਂ ਕਹਾਂਗੇ ਸਭ ਤੋਂ ਮਹਿੰਗੇ ਖਿਡਾਰੀ ਨੰਗਲ ਅੰਬੀਆਂ ਸੰਦੀਪ ਨੂੰ ਕਹਾਂ ਤੇ ਵੱਡੀ ਗੱਲ ਨਹੀਂ ਹੋਵੇਗੀ। ਸੰਦੀਪ ਨੂੰ ਬੇਨਤੀ ਹੈ ਆਪਣੀ ਟੀਮ ਲੈ ਕੇ ਆਵੇ, ਨਾਲ ਜੁੜ ਕੇ ਪਿੰਡ ਦੇ ਸੋਨ ਨੂੰ ਬੇਨਤੀ ਹੈ ਆਪਣੀ ਟੀਮ ਲੈ ਕੇ ਆਵੇ। ਦੋਨਾਂ ਟੀਮਾਂ ਦਾ ਸ਼ਾਨਦਾਰ ਮੈਚ ਗਰਾਊਂਡ ਦੇ ਵਿਚਕਾਰ ਹੋਵੇਗਾ। ਲਓ ਸਾਹਮਣੇ ਕਬੱਡੀ ਪਾਉਂਦਾ ਹੋਇਆ ਕਾਕਾ ਅਸਲ ਮਿੰਗ ਵਾਲੀ ਆ ਗਰਾਊਂਡ ਦੇ ਵਿਚਕਾਰ। ਲਓ ਅੰਗਰੇਜ਼ ਭਰ ਤੁਰਿਆ ਇਹ ਕਾਕੇ ਨਾਲ ਪੰਗਾ ਪਾ ਕੇ ਕਿ ਸਿੰਘ ਫਸ ਗਏ ਕੁੰਡੀਆਂ ਦੇ, ਮਿੱਤਰਾ ਬਹਿਜਾ ਗੋਡੀ ਲੱਗ ਕੇ, ਮਿੱਤਰਾ ਬਹਿਜਾ ਗੋਡੀ ਲੱਗ ਕੇ। ਪੂਨੀ ਲੜਮਾ ਦੀ ਸਰਜਮੀਨ ਜਿਹੜਾ ਕਹਿੰਦੇ ਜਲੰਧਰ ਸ਼ਾਹਕੋਟ ਦੀ ਇਹ ਪਾਵਨ ਪੁੱਤਰ ਧਰਤੀ ਹੈ ਜਿੱਥੇ ਕਬੱਡੀ